सब्सक्राइब करो चढ़दिखला टाइम टीवी नू ते लेटेस्ट अपडेट पाउन ले प्रेस करो बेल आइकन। गौड़ी महला तीजा त्रै गुण वखाणै परम ना जाए बंधन ना टूटै मुक्त ना पाए मुक्त दाता सतगुर जुग माहे गुरमुख प्राणी परम गवाए सहज तन उपजै हर लिव लाए रहाओ त्रै गुण कालै की सिरकारा नाम ना चेतै उपावन हारा मर जम्मै फिर वारो वारा अंधे गुरु ते परम न जाई मूल छोड़ लागे दूजे भाई बेका माता बिख माहे समाई माया कर मूल जंत्र भरमाए हर जियो विसरिया दूजे भाए जिस नदर करे सो परमगत पाए अंतर साच बाहर साच वरताए साच न छपै जे को रखे छपाए ज्ञानी बुझे सहज सुभाए गुरमुख साच रहा लिव लाए होमै माया शब्द जलाए मेरा प्रभु साचा मेल मिलाए सतगुर दाता शब्द सुनाए तावत रखे ठाक रहाए पूरे गुर ते सो जी पाए आपे करता सृष्ट सिरज जिन गोई तिस बिन दूजा अवर न कोई नानक गुरमुख बूझे कोई वाहिगुरु जी का खालसा वाहिगुरु जी की फतेह। तन तन गुरु अमरदास सच्चे पातशाह जी साडे कलजुगी जीवां लई किस तरह मार्गदर्शन कर रहे हैं। पातशाह फरमांदे ने गुरमुख प्राणी परम गवाए जेड़ा गुरु की शरण विच रहिंदा ते जेड़ा सच्चे गुरु की दित्ती हुई जीवन जुगत नू अपना लैंदा उस दे अंदरों परम गवा जांदा उहदी भटकणा मुक जांदी उह टिक जांदा। गुरमुख प्राणी परम गवाए गुरु की शरण विच रहण वाला जो है वो अपनी मर्जी नहीं करता वो गुरु दे कहे अनुसार चलता और इस तरह उहदी भटकणा मुक जांदी सहज तनु उपजै हर लिव लाए जदों गुरु की प्रेरणा नाल सिख्या नाल वो हरी दे नाल अपनी लिव जोड़ लैंदा प्यार पा लैंदा फिर सहज तुन उपजे उहदे अंदर वो अडोलता की अवस्था पैदा हो जाती। तां ही धन गुरु अमरदास जी ने आनंद साहब की बाणी विच फरमाया है साची लिवै बिन दे नमाणी दे नमाणी लिवै बाजों क्या करे वेचारिया। आख्या जिसके अंदर सच्ची लिव नहीं लगती वो भटकता रहिंदा और भटकण वाला मनुख जिहड़ा वो दिखावे मात्र भावें कितना कुछ करता कहिंदा रहे वो पता लग जाता उहदियां गल्लां तो पता लग जाता। फिर ध्यान दिओ गुरमुख प्राणी परम गवाए सहज तनु उपजे
ਹਰ ਲਿਵ ਲਾਏ। ਜਿਹੜਾ ਪ੍ਰਾਣੀ ਗੁਰੂ ਦੇ ਦੱਸੇ ਰਾਹ 'ਤੇ ਚੱਲਦਾ, ਜਿਵੇਂ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਿੰਨ ਗੱਲਾਂ ਦ੍ਰਿੜਕ ਆਈਆਂ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਸਾਨੂੰ ਲੋੜ ਹੈ ਆਪਣੇ ਅੰਦਰ ਚਾਤ ਮਾਰਨ ਦੀ ਕਿ ਅਸੀਂ ਗੁਰੂ ਜੀ ਦੀਆਂ ਇਹਨਾਂ ਤਿੰਨੇ ਗੱਲਾਂ 'ਤੇ ਅਮਲ ਕਰ ਰਹੇ ਹਾਂ। ਅਤੇ ਜਿਹੜਾ ਮਨੁੱਖ ਆਪਣੀ ਦਸਾਂ ਨੌਵਾਂ ਦੀ ਕਿਰਤ ਕਰਦਾ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ, ਜਿਹੜਾ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਵੰਡ ਛਕਦਾ, ਉਹਦੀ ਭਟਕਣਾ ਮੁੱਕ ਜਾਂਦੀ। ਗੁਰਮੁਖ ਪ੍ਰਾਣੀ ਪਰਮ ਗਵਾਏ, ਸਹਿਜ ਤੁਨੂੰ ਉਪਜੇ ਹਰ ਲਿਵ ਲਾਏ। ਉਹਦੇ ਅੰਦਰ ਉਹ ਅਡੋਲਤਾ ਦੀ ਧੁਨੀ ਪੈਦਾ ਹੁੰਦੀ, ਉਹਨੂੰ ਪੂਰਨ ਨਿਸ਼ਚਾ ਹੋ ਜਾਂਦਾ ਕਿ ਜੋ ਮੈਨੂੰ ਗੁਰੂ ਨੇ ਮਾਰਗ ਦਰਸ਼ਨ ਕੀਤਾ ਮੈਂ ਉਹਦੇ ਅਨੁਸਾਰ ਚੱਲ। ਅੱਜ ਸਾਡੀ ਇਹ ਸਮੱਸਿਆ ਆਮ ਤੌਰ 'ਤੇ ਦੇਖਣ ਵਿੱਚ ਆਉਂਦੀ ਹੈ ਕਿ ਜੀ ਮੈਂ ਅੰਮ੍ਰਿਤਧਾਰੀ ਹਾਂ, ਅੰਮ੍ਰਿਤ ਛਕ ਰਹੀ। ਫਿਰ ਜਦੋਂ ਪੁੱਛੋ ਬਈ ਜੋ ਕੁਝ ਅੰਮ੍ਰਿਤ ਛਕਣ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਂ ਨੇ ਦ੍ਰਿੜ ਕਰਵਾਇਆ, ਉਹ ਯਾਦ ਹੈ? 80% ਬੰਦੇ ਇਹ ਕਹਿੰਦੇ ਨੇ ਹਾਂਜੀ ਪਤਾ ਨਹੀਂ, ਭੁੱਲ ਗਏ ਜੀ। ਹੁਣ ਦੱਸੋ ਫਿਰ ਕਸੂਰ ਕਿਹਦੇ ਵਿੱਚ? ਜੇ ਮੈਂ ਦਵਾਈ ਲੈ ਆਵਾਂ, ਦਵਾਈ ਦੀ ਵਰਤੋਂ ਨਾ ਕਰਾਂ ਔਰ ਪਰਹੇਜ਼ ਵੀ ਨਾ ਕਰਾਂ ਅਤੇ ਡਾਕਟਰ ਨੂੰ ਦੋਸ਼ ਵੀ ਦੇਵਾਂ, ਦੱਸੋ ਮੈਨੂੰ ਕੌਣ ਸਿਆਣਾ ਕਹੇ? ਗੱਲ ਤਾਂ ਇਹ ਹੈ ਕਿ ਸਾਡੀ ਹਾਲਤ ਤੋਂ ਬਣੀ ਹੋਈ ਹੈ ਵੀ ਉੱਠ ਨਾ ਸਕਾਂ ਫਿੱਟੇ ਮੂੰਹ ਗੋਡਿਆਂ ਦਾ, ਨੱਚ ਨਾ ਜਾਣੇ ਵਿਹੜਾ ਵਿੰਗਾ, ਕਰਨਾ ਆਪ ਕੁਝ ਨਹੀਂ ਅਤੇ ਦੋਸ਼ ਗੁਰੂ 'ਤੇ ਦੇਈ ਜਾਣਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਜਗਿਆਸੂ ਗੁਰੂ ਦੇ ਦੱਸੇ ਅਨੁਸਾਰ ਚੱਲਦਾ ਉਹਦੇ ਅੰਦਰੋਂ ਭਰਮ ਖਤਮ ਹੋ ਜਾਂਦਾ, ਉਹਦੀ ਭਟਕਣਾ ਮੁੱਕ ਜਾਂਦੀ ਹੈ, ਸਹਿਜ ਤੁਨੂੰ ਉਪਜੇ, ਉਹਦੇ ਅੰਦਰ ਫਿਰ ਅਡੋਲਤਾ ਪੈਦਾ ਹੁੰਦੀ, ਹਰ ਲਿਵ ਲਾਏ, ਉਹਦੀ ਲਿਵ ਹਰੀ ਨਾਲ ਲਿਵ ਲੱਗ ਜਾਂਦੀ। ਇਸ ਤੋਂ ਬਿਨਾਂ ਆਮ ਤੌਰ 'ਤੇ ਕੀ ਹੁੰਦਾ? ਤ੍ਰੈ ਗੁਣ ਵਖਾਣੇ ਭਰਮ ਨਾ ਜਾਏ। ਜਿਹੜਾ ਸਵੇਰ ਤੋਂ ਸ਼ਾਮ ਤੀਕਰ ਮਾਇਆ ਦੇ ਤਿੰਨ ਗੁਣਾਂ ਵਿੱਚ ਹੀ ਫਸਿਆ ਰਹਿੰਦਾ, ਰਜੋ ਗੁਣ ਸਤੋ ਗੁਣ ਤਮੋ ਗੁਣ ਦੇ ਜਾਲ ਵਿੱਚ ਹੀ ਫਸਿਆ ਰਹਿੰਦਾ, ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹਦਾ ਭਰਮ ਕਦੇ ਦੂਰ ਨਹੀਂ ਹੋ ਸਕਦਾ। ਬੰਧਨ ਨਾ ਟੁੱਟੇ ਮੁਕਤ ਨਾ ਪਾਏ, ਉਹਦੇ ਮਾਇਆ ਵਾਲੇ ਵਿਕਾਰਾਂ ਵਾਲੇ ਬੰਧਨ ਕਦੇ ਟੁੱਟਦੇ ਹੀ ਨਹੀਂ। ਹੁਣ ਦੇਖੋ ਇਹ ਸ਼ਬਦ ਬੰਧਨ, ਬੱਬੇ ਨੂੰ ਬੰਗ ਟਿੱਪੀ ਧੱਦਾ ਨੰਨਾ ਬੰਧਨ ਬਹੁ ਬਚਨ ਹੈ, ਪਰ ਮੈਂ ਦੇਖ ਕੇ ਹੈਰਾਨ ਹੁੰਦਾ ਕਿ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਅੱਜ ਤੀਕਰ ਵੀ ਅੜੇ ਪਏ। ਲੱਖ ਕਰੋੜੀ ਬੰਧ ਨਾ ਪਰੈ ਹੈ ਪਰ ਪਰਦੇ ਨੇ ਬੰਧਨ। ਫਿਰ ਪੁੱਛਦੇ ਨੇ ਜੀ ਇਹਨੂੰ ਬੰਧਨ ਪੜ੍ਹੀਏ ਕਿ ਬੰਧ ਪੜ੍ਹੀਏ? ਭਾਈ ਬੰਧਨ ਦਾ ਸਰੂਪ ਇਹ ਹੈ, ਜੇ ਨੰਨਾ ਮੁਕਤਾ ਹੋਵੇ ਤੱਦਾ ਮੁਕਤਾ ਹੋਵੇ ਉਹ ਬੰਧਨ ਹੈ। ਅਤੇ ਉੱਥੇ ਦੀ ਗੱਲ ਮੈਂ ਕਰਾਂ, ਉੱਥੇ ਬੰਧ ਦੇ ਧੱਦੇ ਨੂੰ ਔਂਕੜ ਲੱਗਾ ਹੋਇਆ, ਉਹ ਬੰਧ ਨਾ ਪਰੈ। ਉੱਥੇ ਪ੍ਰਕਰਨ ਹੋਰ ਹੈ, ਤ੍ਰਿਸ਼ਨਾ ਦੀ ਅੱਗ ਨੂੰ ਰੋਕ ਨਹੀਂ ਲੱਗਦੇ, ਪਰ ਇੱਥੇ ਬੰਧਨ ਬਹੁ ਵਚਨ ਹੈ। ਤ੍ਰੈ ਗੁਣ ਵਖਾਣੇ ਭਰਮ ਨਾ ਜਾਏ, ਜਿਹੜਾ ਅੱਠੇ ਪੈਰ ਮਾਇਆ ਦੀਆਂ ਗੱਲਾਂ ਕਰਦਾ ਉਹਦੀ ਭਟਕਣਾ ਕਿਵੇਂ ਮੁੱਕ ਸਕਦੀ? ਬੰਧਨ ਨਾ ਟੁੱਟੇ ਮੁਕਤ ਨਾ ਪਾਏ, ਉਹਦੇ ਕਦੇ ਵੀ ਵਿਕਾਰਾਂ ਦੇ ਮਾਇਆ ਦੇ ਬੰਧਨ ਨਹੀਂ ਟੁੱਟਦੇ ਔਰ ਕਦੇ ਵੀ ਉਹਦੀ ਖਲਾਸੀ ਨਹੀਂ ਹੁੰਦੀ। ਮੁਕਤ ਦਾ ਮਤਲਬ ਹੈ ਖਲਾਸੀ ਹੋਣਾ, ਭਟਕਣਾ ਤੋਂ ਰਹਿਤ ਹੋ ਜਾਣਾ। ਮੁਕਤ ਦਾਤਾ ਸਤਿਗੁਰ ਜੁਗ ਮਾਹੀ, ਇਸ ਮਨੁੱਖਾ ਜਨਮ ਦੇ ਅੰਦਰ ਇੱਕੋ ਇੱਕ ਦਾਤਾ ਹੈ, ਮੁਕਤੀ ਦੇਣ ਵਾਲਾ ਸਤਿਗੁਰੂ। ਪਰ ਨਾਲ ਹੀ ਗੁਰੂ ਅਮਰਦਾਸ ਜੀ ਨੇ ਧਿਆਨ ਦਵਾਇਆ, ਆਖਿਆ ਜਿਹੜਾ ਗੁਰੂ ਆਪ ਹੀ ਮਾਇਆ ਦੇ ਚੱਕਰ ਵਿੱਚ, ਉਹਦੀ ਸੰਗਤ ਕਰਕੇ ਕਦੇ ਵੀ
ਮਨੁੱਖ ਦੀ ਕਲਿਆਣ ਨਹੀਂ ਹੋ ਸਕਦਾ। ਤ੍ਰੈ ਗੁਣ ਕਰ ਲੈ ਕੀ ਸਿਰਕਾਰਾ, ਸਿਰ ਦੇ ਰਾਰੇ ਨੂੰ ਸਿਹਰੀ ਹੈ ਸਿਰ ਉੱਤੇ। ਜਦੋਂ ਤੀਕਰ ਇਹਨਾਂ ਮਾਇਆ ਦੇ ਤਿੰਨ ਗੁਣਾਂ ਵਿੱਚ ਫਸੇ ਰਹਾਂਗੇ, ਉਹਨਾਂ ਦੇ ਸਿਰ 'ਤੇ ਆਤਮਕ ਮੌਤ ਦਾ ਡੰਡਾ ਖੜ੍ਹਾ ਰਹੇ। ਉਹਨਾਂ ਦੀ ਹਾਲਤ 'ਤੇ ਇਹ ਹੈ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰੇ ਉਹ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਤ੍ਰੈ ਗੁਣ ਕਰ ਲੈ ਕੀ ਸਿਰਕਾਰਾ, ਨਾਮ ਨਾ ਚੇਤੈ ਉਪਾਵਣ ਹਾਰਾ। ਉਹ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਉਹਦੇ ਨਾਮ ਨੂੰ ਕਦੇ ਚੇਤੇ ਨਹੀਂ ਕਰ। ਪੁੱਛੋ ਨਿਤਨੇਮ ਕਰਦੇ ਹੋ? ਸਾਡੇ ਕੋਲ ਜੀ ਟਾਈਮ ਹੀ ਨਹੀਂ ਹੁੰਦਾ, ਅੰਮ੍ਰਿਤ ਵੇਲੇ ਉੱਠਦੇ ਹੋ? ਨਹੀਂ ਜੀ, ਅਸੀਂ ਰਾਤੀ ਲੇਟ। ਐਸਾ ਜਵਾਬ ਦੇ। ਹੁਣ ਦੱਸੋ, ਦਵਾਈ ਖਾਣੀ ਨਹੀਂ, ਦਵਾਈ ਦੀ ਵਰਤੋਂ ਨਹੀਂ ਕਰ। ਫਿਰ ਕਹਿਣਾ ਜੀ ਮੇਰੀਆਂ ਚਿੰਤਾਵਾਂ ਨਹੀਂ ਮੁੱਕਦੀਆਂ। ਤੋ ਪਾਤਸ਼ਾਹ ਤੇ ਕਹਿੰਦੇ ਤ੍ਰੈ ਗੁਣ ਕਰ ਲੈ ਕੀ ਸਿਰਕਾਰ, ਨਾਮ ਨਾ ਚੇਤੈ ਉਪਾਵਣ ਹਾਰਾ, ਮਰ ਜੰਮੈ ਫਿਰ ਵਾਰੋ ਵਾਰਾ। ਇਹੋ ਜਿਹੀ ਹਾਲਤ ਵਿੱਚ ਰਹਿਣ ਵਾਲੇ ਜਿਹੜੇ ਮਨੁੱਖ ਨੇ, ਉਹਨਾਂ ਦਾ ਹਸ਼ਰ ਤਾਂ ਇਹੋ ਹੀ ਹੁੰਦਾ। ਮਰਦੇ ਨੇ, ਜੰਮਦੇ ਨੇ, ਫਿਰ ਵਾਰੋ ਵਾਰੀ ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਂਦੇ। ਉਹਨਾਂ ਦੀ ਹਾਲਤ ਤਾਂ ਉਹ ਹੈ ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸੱਖਣੀ ਹੋਰ ਫੇਰ ਭਰੀਅਤ ਹੈ। ਜਿਵੇਂ ਖੂਹ ਦੀਆਂ ਟਿੰਡਾਂ ਕਦੇ ਖਾਲੀ ਹੁੰਦੀਆਂ ਨੇ, ਕਦੇ ਭਰੀਆਂ ਜਾਂਦੀਆਂ ਨੇ, ਕਦੇ ਖਾਲੀ ਹੁੰਦੀਆਂ ਨੇ, ਇਸੇ ਤਰ੍ਹਾਂ ਉਹਨਾਂ ਦੀ ਹਾਲਤ ਵੀ ਇਹ ਹੈ। ਤ੍ਰੈ ਗੁਣ ਕਰ ਲੈ ਕੀ ਸਿਰਕਾਰਾ, ਨਾਮ ਨਾ ਚੇਤੈ ਉਹ ਪਾਵਣ ਹਾਰਾ, ਮਰ ਜੰਮੈ ਫਿਰ ਵਾਰੋ ਵਾਰਾ। ਅੰਧੇ ਗੁਰੂ ਤੇ ਭਰਮ ਨਾ ਜਾਈ। ਲਓ ਹੁਣ ਪਾਤਸ਼ਾਹ ਗੁਰੂ ਦਾ ਵੀ ਨਿਰਣਾ ਕਰਦਾ। ਆਖਿਆ ਜੇ ਗੁਰੂ ਆਪ ਹੀ ਅੰਨਾ ਹੈ, ਉਹ ਕਿਸੇ ਦਾ ਭਰਮ ਕੀ ਦੂਰ ਕਰੇਗਾ? ਆ ਥੋੜ੍ਹੇ ਜਿਹੇ ਸਮੇਂ ਵਿੱਚ ਬੜੇ ਇਸ ਤਰ੍ਹਾਂ ਦੇ ਅੰਨੇ ਗੁਰੂਆਂ ਦੀ ਗਾਥਾ ਸਾਡੇ ਸਾਹਮਣੇ ਆਈ। ਲੋਕ ਸਮਝਦੇ ਸਨ ਕਿ ਇਹ ਗੁਰੂ ਹਨ, ਉਹ ਆਪ ਵੀ ਦਾਅਵਾ ਕਰਦੇ ਸਨ ਅਸੀਂ ਗੁਰੂ ਹਾਂ, ਸਾਡੇ ਇੰਨੇ ਪੈਰੋਕਾਰ ਨੇ, ਸਾਨੂੰ ਇੰਨੇ ਮੰਨਣ ਵਾਲੇ ਹਨ, ਪਰ ਵਿੱਚੋਂ ਨਿਕਲਿਆ ਕੀ? ਉਹਨਾਂ ਦੀਆਂ ਕਰਤੂਤਾਂ, ਉਹਨਾਂ ਦੇ ਧਨ ਸੰਬੰਧੀ ਕੀਤੇ ਹੋਏ ਯਤਨ ਸਭ ਪਾਜ ਖੁੱਲ੍ਹ ਗਏ ਅਤੇ ਅੱਜ ਉਹ ਜੇਲ੍ਹ ਦੀਆਂ ਸੀਖਾਂ ਪਿੱਛੇ ਹਨ। ਹੁਣ ਇਹ ਦੱਸੋ ਕਿ ਇਹੋ ਜਿਹੇ ਲੋਕ ਕਿਵੇਂ ਕਿਸੇ ਦਾ ਭਰਮ ਦੂਰ ਕਰ ਸਕਦੇ? ਮੈਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਬਚਨ ਯਾਦ ਆਇਆ। ਪਾਤਸ਼ਾਹ ਕਹਿੰਦੇ ਨੇ, ਅੰਧੇ ਕੈ ਰਾਹ ਦੱਸਿਐ, ਅੰਧਾ ਹੋਏ ਸੁਜਾਏ। ਆਖਿਆ ਅੰਨੇ ਦੇ ਰਾਹ 'ਤੇ ਉਹ ਹੀ ਚੱਲਦਾ ਜਿਹੜਾ ਆਪ ਅੰਨਾ। ਹੋਏ ਸੁਜਾਖਾ ਨਾਨਕਾ, ਸੋ ਕਿਉਂ ਉੱਜੜ ਪਾਏ। ਇਹ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ, ਆਖਿਆ ਅੰਨੇ ਕੌਣ ਹਨ? ਅੰਧੇ ਇਹ ਨਾ ਆਖੀਆਂ, ਜਿਨ ਮੁਖ ਲੋਇਣ ਨਾਹੀਂ, ਅੰਧੇ ਸੇ ਹੀ ਨਾਨਕਾ, ਜੇ ਖਸਮੋ ਕੁੱਥੇ ਜਾਹੀਂ। ਜਿਹੜੇ ਆਪ ਹੀ ਮਾਇਆ ਦੇ ਚੱਕਰ ਵਿੱਚ ਨੇ, ਇਹ ਸਭ ਠੱਗਬਾਜ਼ੀ। ਇਸ ਲਈ ਗੁਰੂ ਪਾਤਸ਼ਾਹ ਸਾਨੂੰ ਸਾਵਧਾਨ ਕਰਦੇ ਨੇ, ਅੰਧੇ ਗੁਰੂ ਤੇ ਭਰਮ ਨਾ ਜਾਈ। ਮੂਲ ਛੋੜ ਲਾਗੇ ਦੂਜੇ ਭਾਈ। ਉੱਥੇ ਪਰਮਾਤਮਾ ਦੇ ਸਿਮਰਨ ਦੀ ਗੱਲ ਕਿੱਥੇ ਹੋਣੀ ਹੈ? ਉੱਥੇ ਤਾਂ ਮਾਇਆ ਠੱਗਣ ਠੋਰਨ ਦੀ ਗੱਲ ਹੈ। ਬੇਕਾ ਮਾਤਾ ਬਿਖ ਮਾਹੇ ਸਮਾਈ। ਇਸ ਤਰ੍ਹਾਂ ਜ਼ਹਿਰ ਵਿੱਚ ਜਿਹੜੇ ਮਸਤ ਹੋਏ ਬੰਦੇ ਨੇ, ਉਹ ਜ਼ਹਿਰ ਵਿੱਚ ਹੀ ਸਮਾ ਜਾਂਦੇ, ਉਹਨਾਂ ਦਾ ਅੰਤ ਵੀ ਇਹੋ ਜਿਹਾ ਹੀ ਹੁੰਦਾ। ਇਸ ਲਈ ਸਾਨੂੰ ਸਾਵਧਾਨਤਾ ਵਰਤਣੀ ਚਾਹੀਦੀ, ਸਾਨੂੰ ਆਪਣੀ ਵਿਵੇਕ ਬੁੱਧੀ ਵਰਤਣੀ ਚਾਹੀਦੀ,
ਸਾਨੂੰ ਕਦੇ ਵੀ ਇਹੋ ਜਿਹੇ ਅੰਨਿਆਂ ਦੇ ਪਿੱਛੇ ਨਹੀਂ ਤੁਰਨਾ ਚਾਹੀਦਾ। ਅੰਧੇ ਗੁਰੂ ਤੇ ਭਰਮ ਨ ਜਾਈ, ਮੂਲ ਛੋੜ ਲਾਗੇ ਦੂਜੇ ਭਾਈ, ਬੇਕਾ ਮਾਤਾ ਬਿਖ ਮਾਹੇ ਸਮਾਈ, ਮਾਇਆ ਕਰ ਮੂਲ ਜੰਤਰ ਭਰਮਾਏ। ਜਿਨ੍ਹਾਂ ਨੇ ਆਪਣੇ ਜੀਵਨ ਦਾ ਨਿਸ਼ਾਨਾ ਮਾਇਆ ਨੂੰ ਬਣਾਇਆ, ਉਹ ਮਾਇਆ ਦੇ ਚੱਕਰ ਵਿੱਚ ਫਸ ਕੇ ਜਿਹੜਾ ਮੂਲ ਮੁੱਢ ਪਰਮਾਤਮਾ ਹੈ ਉਹਨੂੰ ਭੁੱਲ ਜਾਂਦੇ। ਜਿਹੜੇ ਜੀਵ ਜੰਤ ਮਾਇਆ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲੈਂਦੇ ਹਨ, ਉਹ ਫਿਰ ਕਦੇ ਸਿੱਧੇ ਰਸਤੇ ਨਹੀਂ ਪੈ ਸਕਦੇ। ਮਾਇਆ ਕਰ ਮੂਲ ਜੰਤਰ ਭਰਮਾਏ, ਇਹ ਜੰਤਰ ਬਹੁ ਵਚਨ ਹੈ ਜੀਵ ਜੰਤਾਂ ਵਾਸਤੇ। ਹਰ ਜੀਉ ਵਿਸਰਿਆ ਦੂਜੇ ਭਾਏ, ਅਤੇ ਇਸ ਮਾਇਆ ਦੇ ਮੋਹ ਵਿੱਚ ਫਸਣ ਕਰਕੇ ਉਹਨਾਂ ਨੂੰ ਵਾਹਿਗੁਰੂ ਜੀ ਭੁੱਲ ਜਾਂਦੇ। ਉਹਨਾਂ ਕੋਲ ਜਦੋਂ ਬੈਠੋਗੇ, ਜਦੋਂ ਗੱਲ ਸੁਣੋਗੇ, ਉਹ ਤਾਂ ਠੱਗੀ ਠੋਰੀ ਦੀ ਗੱਲ ਕਰਨਗੇ, ਉਹ ਤਾਂ ਮਾਇਆ ਦੀ ਗੱਲ ਕਰਨਗੇ। ਪਰ ਪਾਤਸ਼ਾਹ ਕਹਿੰਦੇ, ਜਿਸ ਨਜ਼ਰ ਕਰੇ ਸੋ ਪਰਮ ਗਤ ਪਾਏ। ਭਾਈ, ਜਿਹਦੇ ਉੱਤੇ ਉਸ ਪੂਰਨ ਪਾਰ ਬ੍ਰਹਮ ਦੀ ਕਿਰਪਾ ਹੋ ਜਾਏ, ਉਹ ਪਰਮ ਗਤੀ ਨੂੰ, ਉੱਚੀ ਅਵਸਥਾ ਨੂੰ ਪ੍ਰਾਪਤ ਕਰਦਾ। ਨਹੀਂ ਤਾਂ ਬਹੁ ਗਿਣਤੀ ਜਿਹੜੀ ਹੈ, ਉਹਨਾਂ ਨੇ ਮਾਇਆ ਨੂੰ ਹੀ ਆਪਣੀ ਸਭ ਕੁਝ ਆਸਰਾ ਮੰਨ ਲਿਆ। ਮਾਇਆ ਕਰ ਮੂਲ ਜੰਤਰ ਭਰਮਾਏ, ਹਰ ਜੀਉ ਵਿਸਰਿਆ ਦੂਜੇ ਭਾਏ, ਜਿਸ ਨਜ਼ਰ ਕਰੇ ਸੋ ਪਰਮ ਗਤ ਪਾਏ। ਲਓ ਹੁਣ ਪਾਤਸ਼ਾਹ ਅਗਲੇ ਪਦ ਵਿੱਚ ਕਹਿੰਦੇ ਨੇ, ਅੰਤਰ ਸਾਚ ਬਾਹਰ ਸੱਚ ਵਰਤਾਏ। ਜਿਨ੍ਹਾਂ ਦੇ ਅੰਦਰ ਵੀ ਸੱਚ ਹੈ, ਉਹਨਾਂ ਨੂੰ ਬਾਹਰ ਵੀ ਸੱਚ ਨਜ਼ਰ ਆਉਂਦਾ। ਅਸੀਂ ਲੋਕ ਤਾਂ ਆਪਣੀਆਂ ਚਤੁਰਾਈਆਂ ਕਰਕੇ ਮਰੇ ਪਏ। ਆਖਣਗੇ ਜੀ, ਗੁਰਦੁਆਰੇ ਬਹਿ ਕੇ ਝੂਠ ਨਾ ਬੋਲੋ, ਕਿਉਂ ਬਾਹਰ ਜਾ ਕੇ ਬੋਲ ਲਓ। ਜਿਹੜਾ ਗੁਰਦੁਆਰੇ ਹੈ ਉਹ ਬਾਹਰ ਨਹੀਂ ਹੈਗਾ। ਮਹਾਰਾਜ ਕਹਿੰਦੇ ਨੇ, ਜਿਨ੍ਹਾਂ 'ਤੇ ਸਮਝ ਆ ਜਾਂਦੀ, ਜਿਨ੍ਹਾਂ 'ਤੇ ਉਹਦੀ ਬਖਸ਼ਿਸ਼ ਹੋ ਜਾਂਦੀ, ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੈ ਜੇ ਕੋ ਰੱਖੈ ਛਪਾਏ। 100 ਵਾਰੀ ਵੀ ਪੜ੍ਹਦੇ ਪਾਓ, ਸੱਚ ਨਹੀਂ ਲੁਕਦਾ। ਜਿਹਦੇ ਜੀਵਨ ਵਿੱਚ ਸੱਚ ਆ ਜਾਏ, ਉਹਦੇ ਮਨ ਬਚਨ ਕਰਮ ਤੋਂ ਪਤਾ ਲੱਗ ਜਾਂਦਾ, ਰਤਨ ਲੁਕਾਇਆ ਲੁਕੈ ਨਾਹੀਂ ਜੇ ਕੋ ਰੱਖੈ ਲੁਕਾਈ। ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੈ ਜੇ ਕੋ ਰੱਖੈ ਛਪਾਏ। ਗਿਆਨੀ ਬੂਝੈ ਸਹਿਜ ਸੁਭਾਏ। ਜਿਹੜੇ ਗਿਆਨਵਾਨ ਨੇ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਉਹ ਸਹਿਜ ਸੁਭਾਏ ਸਮਝ ਜਾਂਦੇ ਨੇ, ਜਾਣ ਜਾਂਦੇ ਨੇ। ਅਤੇ ਗੁਰਮੁਖ ਸਾਚ ਰਹਿਆ ਲਿਵ ਲਾਏ। ਭਾਈ, ਇਸ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ, ਗੁਰੂ ਦੇ ਸਨਮੁਖ ਰਹਿਣ ਵਾਲਾ, ਗੁਰੂ ਦੀ ਹਰ ਆਗਿਆ ਨੂੰ ਸੱਚ ਕਰਕੇ ਮੰਨਣ ਵਾਲਾ ਜੋ ਹੈ, ਗੁਰਮੁਖ ਸਾਚ ਰਹਿਆ ਲਿਵ ਲਾਏ। ਹੋ ਮੈਂ ਮਾਇਆ ਸ਼ਬਦ ਜਲਾਏ। ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਦੇ ਮੋਹ ਨੂੰ ਸਾੜ ਲੈਂਦਾ। ਮੇਰਾ ਪ੍ਰਭ ਸਾਚਾ ਮੇਲ ਮਿਲਾਏ, ਉਹ ਜਿਹੜਾ ਸੱਚਾ ਵਾਹਿਗੁਰੂ ਅੰਤਰ ਜਾਮੀ, ਜਿਹੜਾ ਘੱਟ ਘੱਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਣ, ਉਹ ਫਿਰ ਆਪ ਮਿਹਰਬਾਨ ਹੋ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਗੁਰਮੁਖ ਸਾਚ ਰਹਿਆ ਲਿਵ ਲਾਏ, ਹਉਮੈ ਮਾਇਆ ਸ਼ਬਦ ਜਲਾਏ, ਮੇਰਾ ਪ੍ਰਭ ਸਾਚਾ ਮੇਲ ਮਿਲਾਏ। ਸਤਿਗੁਰ ਦਾਤਾ ਸ਼ਬਦ ਸੁਣਾਏ। ਦਾਤਾ ਦੇਣ ਵਾਲੇ ਨੂੰ ਕਹਿੰਦੇ ਨੇ, ਅਤੇ ਗੁਰਦਾਤਾ ਗੁਰ ਹਿਵੈ ਘਰ, ਗੁਰਦੀਪਕ ਤਿਉਂ ਲੋਏ। ਗੁਰੂ ਤਾਂ ਦਾਤਾ ਹੈ, ਗੁਰੂ ਠੰਡਕ ਦਾ ਘਰ ਹੈ, ਗੁਰੂ ਤਿੰਨਾਂ ਲੋਕਾਂ ਵਿੱਚ ਚਾਨਣ ਕਰਨ ਵਾਲਾ। ਸਤਿਗੁਰ ਦਾਤਾ ਸ਼ਬਦ ਸੁਣਾਏ, ਧਾਵਤ ਰੱਖੈ
ठाकर हाय धावत का मतलब है दौड़ते भजदे मन नूं फिर रोक लैंदा, ठाक दा मतलब रोक लैंदा, उहदा मन टिक जांदा। जिहनूं गुरु का उपदेश चंगा लगता वह कदे भरमां विच नहीं पैंदा, वह कदे भूतां प्रेतां दे चक्कर विच नहीं पैंदा, वह कदे ज्योतिषियां दे पुछां वालियां कोल नहीं जांदा। वह कहिंदा मैनूं गुरु ने दस दिता तुद बिन दूजा नाहीं कोई, तू करतार करें सो होए, तेरा जोर तेरी मन टेक, सदा सदा जप नानक एक। सतगुर दाता शब्द सुनाए, तावत राखे ठाकर आए, पूरे गुर ते सो जी पाए। इस तरह पूरे गुरु दी संगत, पूरे गुरु दी सिख्या, पूरे गुरु दी दसी हुई जीवन जाच नूं अपना के उन्हूं सोझी हो जांदी। वह कदे भरमदे नहीं, वह कदे भटकदे नहीं। साडी हालत ते बड़ी तरसयोग है, असी ते जिन्हें लाई गली ते उसे नाल उठ चली। कोई दसो सही बाबा उत्थी पहुँच जाने, महाराज कहिंदे नहीं, सतगुर दाता शब्द सुनाए, तावत राखै ठाकर आए, पूरे गुर ते सोझी पाए। फिर उन्हां नूं समझ आ जांदी, आपे करता सृष्ट सिरज जिन गोई, जिस बिन दूजा अवर न कोई, नानक गुरमुख बूझै कोई। आख्या जिन्हां ते गुरु दी कृपा हो जांदी उन्हां नूं समझ आ जांदी कि सारी सृष्टि दे करन वाला वो आप है, ते जेड़ा आप सृष्टि नूं सिरजदा है उही इहदा नाश भी करदा। आपे करता सृष्ट सिरज जिन गोई, जिस बिन दूजा अवर न कोई। उस अकाल पुरख तो बिना होर दूजा कोई है ही नहीं, जे है नहीं तां क्यों किसे दे पिछे जाई। पातशाह कहिंदे ने इह समझ उदों आवेगी जदों गुरु की कृपा होवे। जिहनूं समझ आ गई आपे करता सृष्ट सिरज जिन गोई, तिस बिन दूजा अवर न कोई, नानक गुरमुख बूझै कोई। नानक जी फरमांदे हन कोई विरला ही है ਜਿਹੜਾ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਹਸਤੀ ਨੂੰ ਸਮਝ ਲੈਂਦਾ, ਅਤੇ ਜਿਹੜਾ ਸਮਝ ਲੈਂਦਾ ਉਹ ਫਿਰ ਭਟਕਦਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਨੇ ਗੁਰਮੁਖ ਪ੍ਰਾਣੀ ਭਰਮ ਗਵਾਏ, ਸਹਿਜ ਤੁਨੂੰ ਉਪਜੇ ਹਰ ਲਿਵ ਲਾਏ। ਬਸ ਜਿਸ ਦਾ ਭਰਮ ਦੂਰ ਹੋ ਗਿਆ, ਸੱਚਮੁੱਚ ਪੂਰਾ ਗੁਰੂ ਭਰਮ ਨੂੰ ਦੂਰ ਕਰਦਾ ਹੈ, ਨਿਸ਼ਚਾ ਕਰਾਉਂਦਾ ਹੈ ਕਿ ਇੱਕ ਵਾਹਿਗੁਰੂ ਅਕਾਲ ਪੁਰਖ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਆਓ ਉਹਦੇ ਨਾਲ ਜੁੜੀਏ, ਅਤੇ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ ਦੇ ਸਿਧਾਂਤ ਨੂੰ ਅਪਣਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।